ਅਸੀਂ ਗੱਲਬਾਤ ਕਰ ਰਹੇ ਹੈਗੇ ਆ ਫੀਲਡ ਹਾਕੀ ਦੇ ਬਾਰੇ। ਅਸੀਂ ਦੱਸ ਦਈਏ ਕਿ FIH ਪ੍ਰੋ ਹਾਕੀ ਲੀਗ ਜਿਹੜੀ ਚੱਲ ਰਹੀ ਹੈ ਉਹਦੇ ਬਾਰੇ ਅਸੀਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਆ। 2022 ਔਰ 2023 ਦੇ ਜਿਹੜੀ FIH ਪ੍ਰੋ ਲੀਗ ਹੈਗੀ ਆ ਫੀਲਡ ਹਾਕੀ ਦੇ ਜ਼ਬਰਦਸਤ ਮੁਕਾਬਲੇ ਹੋ ਰਹੇ ਨੇ, ਇਹਦੇ ਵਿੱਚ 9 ਟੀਮਸ ਜਿਹੜੀਆਂ ਹਿੱਸਾ ਲੈ ਰਹੀਆਂ ਨੇ। ਅਸੀਂ ਅੱਗੇ ਚੱਲ ਕੇ ਤੁਹਾਡੇ ਨਾਲ ਟੀਮ ਸਟੈਂਡਿੰਗਸ ਵੀ ਜ਼ਰੂਰ ਸ਼ੇਅਰ ਕਰਾਂਗੇ ਕਿ ਇੰਡੀਆ ਦੀ ਟੀਮ ਇੰਡੀਆ ਦੀ ਕੀ ਪੋਜੀਸ਼ਨ ਚੱਲ ਰਹੀ ਹੈ ਇਸ ਵੇਲੇ, ਵਧੀਆ ਪ੍ਰਦਰਸ਼ਨ ਕਰ ਰਹੀ ਹੈ ਇੰਡੀਆ ਦੀ ਫੀਲਡ ਹਾਕੀ ਟੀਮ। ਲੇਕਿਨ ਜਿਹੜੇ ਆਉਣ ਵਾਲੇ ਮੈਚਸ ਨੇ ਪਹਿਲਾਂ ਤਰ੍ਹਾਂ ਉਹ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਹੈਗੇ ਆ। ਇੰਡੀਆ ਦੇ ਜਿਹੜੇ ਜੂਨ ਦੇ ਮਹੀਨੇ ਦੇ ਵਿੱਚ ਪਹਿਲੇ ਤਕਰੀਬਨ 10-12 ਦਿਨਾਂ ਦੇ ਵਿੱਚ ਬੜੇ ਅਹਿਮ ਮੁਕਾਬਲੇ ਇੰਡੀਆ ਦੇ ਫੀਲਡ ਹਾਕੀ ਦੇ ਵਿੱਚ ਹੋਣ ਜਾ ਰਹੇ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਦੱਸ ਦਈਏ ਕਿ ਹੁਣ 2 ਜੂਨ ਸਾਡੇ ਇੱਥੇ ਸਵੇਰੇ 9:40 ਦੇ ਉੱਤੇ 2 ਜੂਨ ਨੂੰ ਇੰਡੀਆ ਦਾ ਮੁਕਾਬਲਾ ਬੈਲਜੀਅਮ ਦੇ ਨਾਲ ਹੋਏਗਾ। ਉਸ ਤੋਂ ਬਾਅਦ ਬੜਾ ਅਹਿਮ ਮੁਕਾਬਲਾ ਇੱਕ ਹੋਰ ਹੈਗਾ 3 ਜੂਨ ਨੂੰ ਸਵੇਰੇ 7:40 ਦੇ ਉੱਤੇ ਬ੍ਰਿਟੇਨ ਔਰ ਇੰਡੀਆ ਆਪਸ ਦੇ ਵਿੱਚ ਭਿੜਨਗੇ। ਫਿਰ 7 ਜੂਨ ਨੂੰ ਇੰਡੀਆ ਦਾ ਅਗਲਾ ਮੁਕਾਬਲਾ ਜਿਹੜਾ ਹੈਗਾ ਉਹ ਨੀਦਰਲੈਂਡ ਦੇ ਨਾਲ ਹੈਗਾ, ਜਿਹੜਾ ਕਿ ਸਾਡੇ ਇੱਥੇ ਲੋਕਲ ਟਾਈਮ ਜਿਹੜਾ ਦੁਪਹਿਰ ਨੂੰ 2:40 ਦੇ ਉੱਤੇ ਹੋਏਗਾ, ਮਾਫ ਕਰਨਾ 1:40 ਦੇ ਉੱਤੇ ਹੋਏਗਾ। ਉਸ ਤੋਂ ਬਾਅਦ ਇੰਡੀਆ ਦਾ ਜਿਹੜਾ ਅਗਲਾ ਮੁਕਾਬਲਾ ਉਹ ਅਰਜਨਟਾਈਨਾ ਦੇ ਨਾਲ ਹੈਗਾ, ਉਹ 8 ਜੂਨ ਨੂੰ ਖੇਲਿਆ ਜਾਏਗਾ 11:10 ਦੇ ਉੱਤੇ। ਫਿਰ 10 ਜੂਨ ਨੂੰ ਇੰਡੀਆ ਔਰ ਨੀਦਰਲੈਂਡ ਦੇ ਵਿੱਚ ਮੁਕਾਬਲਾ ਹੈਗਾ, ਉਹ ਵੀ 11:40 ਤੇ ਹੈ ਸਾਡੇ ਇੱਥੇ ਟੋਰੋਂਟੋ ਟਾਈਮ ਔਰ ਨਿਊਯਾਰਕ ਟਾਈਮ ਦੇ ਮੁਤਾਬਿਕ। ਔਰ ਅਰਜਨਟਾਈਨਾ ਦੇ ਨਾਲ ਜਿਹੜਾ ਫਿਰ ਇੰਡੀਆ ਦਾ ਮੁਕਾਬਲਾ ਹੈਗਾ 11 ਜੂਨ ਨੂੰ, ਉਹ 11:40 ਨਿਊਯਾਰਕ ਔਰ ਟੋਰੋਂਟੋ ਟਾਈਮ, ਇੰਡੀਆ ਵਰਸਿਸ ਅਰਜਨਟਾਈਨਾ। ਇਹ ਹੈਗੇ ਨੇ ਇੰਡੀਆ ਦੇ ਮੁਕਾਬਲੇ, ਅਸੀਂ ਇੱਥੇ ਹੁਣ ਤੁਹਾਨੂੰ ਜ਼ਰੂਰ ਦੱਸ ਦਈਏ। ਇਸ ਤੋਂ ਇਲਾਵਾ ਬਾਕੀ ਟੀਮਸ ਵੀ ਜਿਹੜੀਆਂ ਆਪਸ ਦੇ ਵਿੱਚ ਖੇਲ ਰਹੀਆਂ ਨੇ, ਕੁੱਲ 9 ਟੀਮਸ ਜਿਹੜੀਆਂ ਨੇ ਉਹ ਇਹਦੇ ਵਿੱਚ ਖੇਲ ਰਹੀਆਂ ਨੇ। ਇੰਡੀਆ, ਗ੍ਰੇਟ ਬ੍ਰਿਟੇਨ, ਸਪੇਨ, ਆਸਟ੍ਰੇਲੀਆ, ਅਰਜਨਟਾਈਨਾ, ਜਰਮਨੀ, ਬੈਲਜੀਅਮ, ਨੀਦਰਲੈਂਡ ਔਰ ਨਿਊਜ਼ੀਲੈਂਡ। ਸੋ ਆਖਰੀ ਦੌਰ ਦੇ ਵਿੱਚ ਇਹ ਜਿਹੜਾ ਹੁਣ ਇਹ ਮੁਕਾਬਲੇ ਪਹੁੰਚ ਚੁੱਕੇ ਨੇ FIH ਪ੍ਰੋ ਲੀਗ ਫੀਲਡ ਹਾਕੀ ਦੇ ਇਹ ਅਹਿਮ ਮੁਕਾਬਲਾ, ਇਹਦੇ ਬਾਰੇ ਅਸੀਂ ਲਗਾਤਾਰ ਤੁਹਾਨੂੰ ਅਪਡੇਟਡ ਰੱਖਾਂਗੇ। ਤੁਹਾਨੂੰ ਜ਼ਰੂਰ ਦੱਸ ਦਈਏ ਕਿ ਦੋਨੋਂ ਚੈਨਲਸ ਦੇ ਉੱਤੇ ਲਗਾਤਾਰ ਸਕੈਜੂਲ ਆਉਂਦਾ ਰਹੇਗਾ ਰੋਜ਼ਾਨਾ, ਕਿਸੇ ਵੀ ਟਾਈਮ ਜਦੋਂ ਤੁਸੀਂ ਟੀਵੀ ਆਨ ਕਰਦੇ ਹੋ ਚੈਨਲ ਵਾਈ ਜਾਂ ਵਾਈ ਪਲੱਸ, ਇਹਦੇ ਉੱਤੇ ਸਕੈਜੂਲ ਆਉਂਦਾ ਰਹੇਗਾ ਤੁਹਾਡੇ ਕੋਲ ਲਗਾਤਾਰ। ਔਰ ਉਹਦੇ ਨਾਲ ਨਾਲ ਮੈਚ ਦਾ ਜਦੋਂ ਰਿਜ਼ਲਟ ਹੋਏਗਾ ਉਹ ਵੀ ਤੁਹਾਡੇ ਲਈ ਅਸੀਂ ਲਗਾਤਾਰ ਸਾਂਝਾ ਕਰਾਂਗੇ। ਜੇ ਡਿਟੇਲਸ ਤੁਸੀਂ ਦੇਖਣਾ ਚਾਹੁੰਦੇ ਹੋ ਸਾਰਾ ਸਕੈਜੂਲ ਕਿੱਥੇ ਹੈਗਾ ਔਰ ਬਾਕੀ ਸਾਰੀਆਂ ਡਿਟੇਲਸ ਤਾਂ ਤੁਸੀਂ ਮਿਡਵੀਕ ਨਿਊਜ਼ ਪੇਪਰ ਦੇ ਵਿੱਚ ਵੀ ਦੇਖ ਸਕਦੇ ਹੋ ਜਾਂ ਫਿਰ ਸਾਡੀ ਵੈਬਸਾਈਟ ਨੋਟ ਕਰ ਲਓ y.media।